ਬੀਬੀ ਜੀ ਪਈ ਜਗ ਮੈਂ ਹਾਂ ਪਈਆਂ ਪੁੱਤਰ ਅੱਛਾ ਤੇ ਇਦਾਂ ਕਰੋ ਫਿਰ ਮੈਂ ਨਾ ਚੱਲਿਆ ਵਾਂ ਕੰਮ ਤੇ ਅੱਛਾ ਤੇ ਆਰਾਮ ਕਰਨਾ ਵਾ ਦੀ ਹੈ ਕੋਈ ਨਹੀਂ ਜਾਓ ਤੁਸੀਂ ਬਾਹਰ ਹਾਂ ਹਾਂ ਜੀ ਠੀਕ ਹੈ ਠੀਕ ਆ ਚਲੋ ਫਿਰ ਮੈਂ ਚੱਲਦਾ ਵਾਂ ਚੱਲ ਤੇ ਸ਼ਾਮ ਨੂੰ ਫਿਰ ਮਿਲਦਾ ਹਾਂ ਚਲੋ ਠੀਕ ਸਿਮਰਨ ਨਾ ਹਾਂ ਜੀ ਬੀਬੀ ਪਾਣੀ ਘੁੱਟ ਕੇ ਦਿਓ ਕਰਮ ਕਰਕੇ ਲਿਆਈ बहार तू मंजा जो तेरे पापा आने तो कह देंगे बीजी आपे आंदे मैं धुप्पे बहना वा चलो कोई नहीं मंजा डाल के धुप्पे आपे उ थोक लैंड उ मिट्टी पा चुक चुक देना मम्मी जी ਆਰਟਾਡੀ ਗੱਲ ਬਹੁਤ ਵਧੀਆ ਵਾ ਤੇ ਕਰ ਰੋਜ਼ ਹੀ ਟਾਲਾਂ ਗੱਡੀਆਂ ਕਰ ਦਿੰਦੇ ਆ ਤੇ ਡਾਹ ਦਿੰਦੇ ਮੰਜਾ ਆਹੋ ਮੰਜਾ ਡਾਹ ਰਹੇ ਨੇ ਕੰਮ ਵਾਲੀ ਨੇ ਵੀ 10 ਦਿਨ 15 ਦਿਨ ਨਹੀਂ ਆਉਣਾ ਉਹਨੇ ਵੀ ਛੁੱਟੀਆਂ ਲਈਆਂ ਵਾ ਪਾਦੇ ਵੀ ਮੈਂ ਮਟਰ ਮੂਡਾ ਤੋਂ ਜਾਣੀ ਆ ਤੇ ਮੈਨੂੰ ਮੈਂ ਨਹੀਂ ਆਉਣਾ ਤੇ ਹੋਰ ਰੋਜ਼ ਕਰਨਾ ਪੈਂਦਾ ਰੋਜ਼ ਕੀ ਕਰੀਏ ਹਾਂਜੀ ਚਲੋ ਕੋਈ ਨਹੀਂ ਚੱਲ ਪਾਰੇ ਡਾਹ ਦੇ ਚਲੋ ਵੀ ਮੈਂ ਆਪਣੇ ਬੱਚਿਆਂ ਦੇ ਨਾਲ ਗੱਲ ਕਰਾਂ ਕਰਮ ਸਿੰਘ ਬਾਹਰੋਂ ਆਉਂਦਾ ਵਾ ਤਾਂ ਕਿਤੇ ਮੇਰੇ ਲਾਗੇ ਨਹੀਂ ਬਹਿੰਦਾ ਨਾ ਉਹਦੀ ਬੇਟੀ ਬਹਿੰਦੀ ਆ ਨਾ ਉਹਦਾ ਬੇਟਾ ਹੀ ਬਹਿੰਦਾ ਵਾ ਸਾਰਾ ਦਿਨ ਆਪੋ ਆਪਣੇ ਕੰਮਾਂ 'ਚ ਲੱਗੇ ਰਹਿੰਦੇ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਮੈਂ ਕਿਹੜੇ ਵੇਲੇ ਗੱਲਬਾਤ ਕਰਿਆ ਕਰਾਂ ਜੇ ਮੈਂ ਕਰਮੇ ਨੂੰ ਆਵਾਜ਼ ਮਾਰਦੀ ਹਾਂ ਤਾਂ ਨੂੰਹ ਦਿੱਤਾ ਕਾਗਜ਼ ਨੂੰ ਦੂਜਾ ਕੰਮ ਉਹਨੂੰ ਦੱਸ ਦਿੰਦੀ ਆ ਵੀ ਆਹ ਕੰਮ ਕਰਨਾ ਛੇਤੀ ਆ ਜਾ ਤਾਂ ਕਿਹੜੇ ਵੇਲੇ ਤਰਸ ਗਈ ਆ ਨਿੱਕੇ ਹੁੰਦੇ ਨੂੰ ਗੋਦ ਖਡਾਉਂਦੀ ਸੀਗੀ ਹੁਣ ਮੈਨੂੰ ਕਦੇ ਹੱਥ ਲਾਉਂਦਾ ਵੀ ਨਹੀਂ ਹੈਗਾ ਵੀ ਮੈਂ ਹੱਥ ਹੀ ਉਹਨੂੰ ਲਾ ਲੈਣਾ ਵਾ ਸਿਮਰ ਰਾ ਮੈਨੂੰ ਪਾਣੀ ਦਾ ਗਲਾਸ ਦੇ ਦਿਓ ਇੱਕ ਸਿਮਰਨ ਬੀਬੀ ਨੂੰ ਪਾਣੀ ਦਿਓ ਬੀਬੀ ਨੂੰ ਤੇ ਪਾਣੀ ਹੁਣ ਦੋ ਵਾਰੀ ਪਿਆਲੇ ਬੀਬੀ ਨੇ ਕਿਹੜਾ ਛਣਾ ਛੱਬੇ ਆ ਜਿਹੜੀ ਕੜਿਕ ਵੀ ਸੋਤੇ ਲੱਗੀ ਜਾਂਦੀ ਬੀਬੀ ਨੂੰ ਚਲੋ ਠੀਕ ਆ ਮੈਂ ਆਪੇ ਦੇ ਦਿੰਦਾ ਵਾ ਦੇ ਦੋ ਗੱਲ ਨਹੀਂ ਆਹ ਬੀਬੀ ਜੀ ਪਾਣੀ ਪੀ ਲਓ ਹਰਮਨ ਦੇ ਪਾਪਾ मेरा मंजा बाहर लड़ा कढ़ के मेरे च ठीक नामी हो गई ਬੀਬੀ ਮੈਂ ਨਾ ਸੁਣੀ ਸੀ ਗੱਲ ਇਹਨਾਂ ਦੀ ਤੇ ਇਹ ਕਹਿਣ ਦੇ ਸੀ ਵੀ ਇਹ ਬੀਬੀ ਨੂੰ ਥੁੱਕਦੀ ਬੜਾ ਵਾ ਤੇ ਜੇ ਥੁੱਕਦੀਆਂ ਤੇ ਪੁੱਤ ਲਾਗੇ ਮੇਰੇ ਬਾਲਟਾ ਗੁੱਟਾ ਰੱਖ ਦਿਆ ਕਰੋ ਹਾਂ ਨਹੀਂ ਇਹ ਤੇ ਗੱਲ ਤੁਹਾਡੀ ਠੀਕ ਆ ਤੇ ਬਾਲਟਾ ਰੱਖਦੇ ਆ ਤੇ ਮੱਝਾਂ ਬਾਹਰ ਕੱਢਣ ਦੀ ਕੀ ਜ਼ਰੂਰਤ ਆ ਇਹਨਾਂ ਨੇ ਮੇਰਾ ਮੱਝਾਂ ਚੁੱਕ ਕੇ ਬਾਹਰ ਡਾ ਦਿੱਤਾ ਵਾ ਬੀਬੀ ਮੈਂ ਤੇ ਇਹਨਾਂ ਨੂੰ ਪੁੱਛਿਆ ਸੀ ਦੀ ਬਾਤ ਕਰ ਰਹੀ ਹਾਂ ਪਤਾ ਮੈਨੂੰ ਕੀ ਆਂਦੇ ਆ ਕਹਿੰਦੇ ਕਿ ਬੀਬੀ ਕਹਿੰਦੀ ਧੁੱਪੇ ਬਣਾ ਵਾ ਅੱਛਾ ਆਹੋ ਮੈਨੂੰ ਤੇ ਦੋਵੇਂ ਜਣੇ ਇਹੋ ਗੱਲ ਕਹਿਣ ਦੇ ਮਾਂ ਪੁੱਤ ਪਰ ਮਨ ਨੂੰ ਪੁੱਛਿਆ ਮੈਂ ਪੁੱਤ ਕੀ ਗੱਲ ਆ ਇਹ ਨਾ ਦਾਦੀ ਆਪੇ ਕਹਿਣ ਦੀ ਸੀ ਕਹਿੰਦੇ ਮੇਰੀ ਇਹ ਮੰਜੀ ਬਾਹਰ ਡਾ ਦੋ ਜੀ ਮੇਰਾ ਬਾਹਰ ਧੁੱਪੇ ਮੈਂ ਇਹਨੂੰ ਜੀ ਕਰ ਲਿਆ ਮੈਨੂੰ ਤਾਂ ਸਮਝ ਨਹੀਂ ਲੱਗਣੀ ਵੀ ਕੀ ਕਹਾਣੀ ਚੱਲਣ ਦੀ ਇਹਨਾਂ ਦੀ ਹੈ ਦੇਖੋ ਕੋ ਬਜ਼ੁਰਗ ਬੰਦਿਆਂ ਨੂੰ ਇਦਾਂ ਥੋੜੀ ਕਰੀਦਾ ਵਾ ਜੇ ਹੁਣ ਆਦਤ ਪੈ ਗਈ ਆ ਥੁੱਕਣ ਦੀ ਉਹ ਕੀ ਵੱਡੀ ਗੱਲ ਵਾ ਕੋਈ ਤੇ ਨਾਲੇ ਪੁੱਤ ਹੁਣ ਜਦੋਂ ਵੇਖੋ ਪਹਿਲਾਂ ਮੈਂ ਤੁਹਾਨੂੰ ਖੜਾਇਆ ਤੇ ਹੁਣ ਜਿੱਦਾਂ ਆਂਦੇ ਹੁੰਦੇ ਮਾਪਿਆਂ ਨੂੰ ਫਿੱਤੀਆਂ ਫੁੱਤੀ ਸਾਂਭਦੇ ਆ ਨਾ ਹਾਂਜੀ ਹਾਂਜੀ ਉਹਦਾ ਸਾਂਭਦਾ ਵਾ ਹਾਂਜੀ ਨਾ ਕਿਸੇ ਨੇ ਕਿਸੇ ਨੂੰ ਸਾਂਭਦਾ ਕੋਈ ਵੇਖਿਆ ਹੀ ਆਸ ਕਰਨ ਤੋਂ ਹੀ ਸੰਭਾਲਣਾ ਵਾ ਨਾ ਹਾਂਜੀ ਤੇ ਕੋਈ ਗੱਲ ਨਹੀਂ ਬੀਬੀ ਜੀ ਮੈਂ ਉਹਨਾਂ ਨੂੰ ਕਹਿਣਾ ਵਾ ਠੀਕ ਆ ਇੱਕ ਤਾਂ ਮੈਨੂੰ ਇਹ ਆ ਵੀ ਜਦੋਂ ਮੈਂ ਤੁਹਾਡੇ ਲੱਗੇ ਉਹਨਾਂ ਮੈਨੂੰ ਉਸੇ ਵਾਲਾ ਬਾਜਾਂ ਪੈਣ ਰਿਹਾ ਪੈਂਦੀਆਂ ਹਾਂਜੀ ਨਾ ਤੁਸੀਂ ਮੇਰੇ ਤਾਲੀ ਦੇ ਮਨ ਦੀ ਗੱਲ ਸੁਣ ਸਕਦਾ ਤੇ ਤੁਸੀਂ ਨਾ ਮੈਨੂੰ ਦੱਸ ਸਕਦੇ ਹੋ ਕੱਲ ਵੀ ਪਾਣੀ ਦੇ ਪਾਜੀ ਮੈਂ ਆਖਿਆ ਚੱਲ ਮੈਨੂੰ ਪਾਣੀ ਫੜਾ ਦੇ ਉਦੋਂ ਵੀ ਅਜੇ ਪਾਣੀ ਹੱਥ ਜੀ ਫੜਾਤਾ ਤੇ ਉਸੇ ਵੇਲੇ ਸਿੰਦਰ ਨੇ ਆਵਾਜ਼ ਮਾਰ ਲਈ ਹਾਂਜੀ ਪਿਛੇਤੀ ਆ ਜਾ ਪਤਾ ਨਹੀਂ ਲੱਗਦਾ ਮੇਰੇ ਲਾਗੋ ਕੀ ਜਾ ਰਿਹਾ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਤੁਸੀਂ ਗੁੱਸਾ ਨਾ ਕਰਿਓ ਉਹਨਾਂ ਦਾ ਤੁਹਾਨੂੰ ਪਤਾ ਉਦੋਂ ਵੀ ਬਰ ਬੋਲੀ ਆ ਉਹ ਠੀਕ ਹੈ ਹਰਮਨ ਹਾਂਜੀ
ਬੀਬੀ ਕਹਿੰਦਾ ਦੱਸ ਨਾ ਦਵੇ ਲਾਗੇ ਬੈਠੇ ਆ ਤੇਰੇ ਪਾਪਾ ਠੀਕ ਜੀ ਕਹਿੰਦੇ ਦੱਸ ਨਾ ਦਵੇ ਵੀ ਇਹਨਾਂ ਨੇ ਆਪ ਜਾਣ ਕੇ ਮੈਨੂੰ ਬਾਹਰ ਬਾਲਿਆ ਵਾ ਲੋ ਕੋਈ ਨਹੀਂ ਵੇਖ ਲਿਖੀ ਮੰਮੀ ਤੇ ਦਾਦੀ ਦਾ ਮੰਜਾ ਕੋ ਬਾਹਰ ਡਾਤਾ ਜੀ ਤੂੰ ਬਹਿ ਆਰਾਮ ਨਾਲ ਚੰਗਾ ਦਾਦੀ ਨੇ ਆਪ ਹੀ ਆਖਿਆ ਸੀ ਵੀ ਮੈਂ ਧੁੱਪੇ ਬਹਿਣਾ ਵਾ ਫੇਰ ਹੀ ਡਾਇਆ ਵਾ ਠੀਕ ਵਾ ਉਹ ਆਖਣ ਦੀ ਮੈਨੂੰ ਅੰਦਰ ਠੰਡ ਲੱਗਣ ਦੀ ਮੈਂ ਧੁੱਪੇ ਬਹਿਣਾ ਵਾ ਪ੍ਰਭ ਤੈਨੂੰ ਨਹੀਂ ਪਤਾ ਤੂੰ ਨਹੀਂ ਚੱਲਦਾ ਨਹੀਂ ਸਕੂਲੇ ਤੇ ਦਾਦੀ ਪਿੱਛੇ ਉਹਨਾਂ ਖਲਾਰਾ ਬੋਰ ਪਾਉਂਦੇ ਆ ਤੇ ਤੈਨੂੰ ਪਤਾ ਵਾ ਪੁਰਾਣੇ ਪੁਰਾਣੇ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਉਹਦਾ ਹੀ ਆ ਜਾਂਦਾ ਵਾ ਤੇ ਬੁੜਬੁੜੇ ਦਾ ਖਲਾਰਾ ਪਾਉਂਦੀ ਆ ਤੇ ਕੋਈ ਨਹੀਂ ਸਾਹਮਣੇ ਆਪਾਂ ਉੱਥੇ ਚੱਲ ਚੜ ਚੜੂ ਵਾਰ ਲਾਂਗੇ ਤੇ ਸਾਹਮਣੇ ਆਪਾਂ ਅੰਦਰ ਹੀ ਲੈਣੀ ਆ ਕੋਈ ਨਹੀਂ ਗੁੱਸਾ ਨਾ ਕਰਿਆ ਕਰ ਠੀਕ ਹੈ ਗਰਮੀ ਸੀ ਆ ਹਾਂਜੀ ਬੀਬੀ ਜੀ ਮੇਰੀ ਗੱਲ ਸੁਣ ਹਾਂਜੀ ਅੱਜ ਦੱਸੋ ਇੱਥੇ ਬਹੁਤ ਮੇਰ ਲੱਗ ਮੈਂ ਤਾਂ ਕੰਮ ਤੇ ਚੱਲਿਆ ਬੀਬੀ ਕੰਮ ਤੇ ਚਲੇ ਜਾਣਾ ਕਿਤੇ ਗੱਲ ਬਾਤ ਦੀ ਘੜੀ ਬਹਿ ਕੇ ਕਰ ਲਿਆ ਕਰ ਚਲੋ ਚਲੋ ਠੀਕ ਚਲੋ ਠੀਕ बड़ी लंबी उम्र है सारा दिन थोड़ा चेर कोल ब्याह करो बड़ा जी करदा वा रोटी पानी खाया करांगे इकट्ठे आपां थोड़ा टाइम कढ लिया इन्ना तो मेरे जोगा ਉਨੇ ਨਾਲ ਚੱਲ ਮੇਰਾ ਮੈਨੂੰ ਨਹੀਂ ਪਤਾ ਕਿ ਮੇਰੀ ਮਾਂ ਇੰਨੀਆਂ ਗੱਲਾਂ ਮਨ ਦੇ ਵਿੱਚ ਲੈ ਕੇ ਬੈਠੀ ਆ ਹੈ ਚਲੋ ਹੁਣ ਮੈਨੂੰ ਪਤਾ ਲੱਗ ਗਿਆ ਤੇ ਕੋਈ ਗੱਲ ਨਹੀਂ ਮੈਂ ਤੁਹਾਡਾ ਨਾਲ ਵੀ ਕੇ ਗੱਲਾਂ ਬਾਤਾਂ ਕਰਿਆ ਕਰੂੰਗਾ ਜ਼ਰੂਰ ਜ਼ਰੂਰ ਠੀਕ ਆ ਤਦ ਇਹ ਆ ਗੱਲ ਨਹੀਂ ਇਹ ਗਾਣੀ ਕਿ ਮੈਂ ਚੱਲ ਜਾਣਾ ਵਾ ਜਾਣਾ ਜਾਂ ਫਿਰ ਬੈਠੇ ਥੋੜਾ ਰਹਿਣਾ ਨਹੀਂ ਨਹੀਂ ਬੀਬੀ ਇਹ ਤਾਂ ਨਹੀਂ ਗੱਲ ਕਰਨੀ ਨਾ ਸਾਡੇ ਤੋਂ ਬਗੈਰ ਮੁੱਕੇ ਰੌਣਕਾਂ ਕਿੱਥੋਂ ਹੋਣੀਆਂ ਸਾਡੇ ਘਰ 'ਚ ਹਾਂ ਤੇ ਠੀਕ ਹੁਣ ਤੁਹਾਡੇ ਨਾਲ ਹਸੀ ਦਾ ਵਾ ਖੇੜੀ ਦਾ ਵਾ ਹੈ ਕੋਈ ਗੱਲ ਨਹੀਂ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਠੀਕ ਆ ਹਾਂ ਕੋਈ ਗੱਲ ਨਹੀਂ ਬੈਠੋ ਤੁਸੀਂ ਮੈਂ ਫਿਰ ਚੱਲਦਾ ਵਾ ਕੋਈ ਨਹੀਂ खाना की है कोई खान तो जी नहीं करता सेवियां नहीं तो दो बना दो दुध वालियां ठीक है जी बना दें हां जी ਪੁੱਤ ਆ ਗਈ ਹਾਂਜੀ ਪੁੱਤ ਮੇਰੀ ਗੱਲ ਸੁਣ ਸਕੂਲ ਦਾ ਕੰਮ ਚੰਗਾ ਚੰਗਾ ਚੱਲਦਾ ਵਾ ਹਾਂਜੀ ਹਾਂਜੀ ਸਾਰਾ ਵਧੀਆ ਚੱਲਦਾ ਤੁਸੀਂ ਦੱਸੋ ਤੁਸੀਂ ਠੀਕ ਜੇ ਹਾਂ ਮੈਂ ਵੀ ਠੀਕ ਠਾਕ ਹਾਂ ਮੈਂ ਤੇ ਬੂਹੇ ਵਾਲੀ ਵੇਖਦੇ ਰਹਿੰਦੇ ਤੇਰੇ ਕਿਹੜੇ ਵੇਲੇ ਆਵੇ ਮੇਰੀ ਧੀ ਤੇ ਆੜ ਕੇ ਮੈਨੂੰ ਰਾਜੀ ਬਾਜੀ ਪੁੱਛੀ ਹਾਂਜੀ ਉਹ ਕੰਮ ਬੜਾ ਮਿਲਦਾ ਮੈਂ ਤਾਂ ਕਰਕੇ ਟਾਈਮ ਹੀ ਨਹੀਂ ਮਿਲਦਾ ਤੁਹਾਡੇ ਲਾਗੇ ਬਹਿਣ ਦਾ ਹਾਂ ਤੇ ਠੀਕ ਵਾ ਉਤਰਾਂ ਤੇ ਮੈਂ ਮੰਮੀ ਤਰਸਦੀ ਰਹਿੰਦੀ ਆ ਵੀ ਨਾ ਤੇਰਾ ਭਰਾ ਹੀ ਲਾਗੇ ਬੈਂਦਾ ਵਾ ਜੇ ਤੇਰਾ ਪਾਪਾ ਆਉਂਦੇ ਆ ਤੇ ਉਹ ਤੇਰੀ ਮੰਮੀ ਉਸ ਵੇਲੇ ਆਵਾਜ਼ ਮਾਰ ਲੈਂਦੀ ਆ ਤੇ ਮੇਰਾ ਜੀ ਤਰਸਦਾ ਰਹਿੰਦਾ ਵਾ ਵੀ ਇਹਨਾਂ ਨਾਲ ਬਜ਼ੁਰਗਾਂ ਨਾਲ ਜਿੱਦਾਂ ਗੱਲਬਾਤ ਕੋਈ ਕਰੇ ਬਵੇ ਲਾਗੇ ਉਹਨੇ ਨਾਲ ਹੋਰ ਦਾ ਹੋਰ ਬੰਦਾ ਹੋ ਜਾਂਦਾ ਵੀ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਹਾਂਜੀ ਮੈਂ ਨਾ ਕੱਲਾ ਟਾਡੀਆਂ ਸੁਣੀਆਂ ਸੀਗੀਆਂ ਤੇ ਮੈਂ ਮੰਮੀ ਉਹਨਾਂ ਨੂੰ ਕਹਿਣਾ ਵਾ ਵੀ ਉਹ ਤੇ ਤੁਹਾਡੇ ਬਾਰੇ ਕਿੰਨਾ ਚੰਗਾ ਸੋਚਦੇ ਆ ਤੇ ਤੁਸੀਂ ਉਹਨਾਂ ਨਾਲ ਕਿੱਦਾਂ ਕਰਦੇ ਜੀ ਮੰਮੀ ਨੇ ਹੁਣ ਬੜਾ ਚੰਗਾ ਕਰਦਾ ਵੀ ਆ ਕੱਲ ਮੈਨੂੰ ਪੁੱਛਣਾ ਸੀ ਕਿ ਤੁਸੀਂ ਖਾਣਾ ਵਾ ਅੱਜ ਵੀ ਸਵੇਰ ਦੀ ਗੱਲ ਵਾ ਮੈਂ ਉਹ ਤੁਹਾਡੇ ਲਈ ਬਣਾਉਣੀ ਆ ਫਿਰ ਮੈਂ ਉਹਨਾਂ ਨੂੰ ਸੇਵੀਆਂ ਦਾ ਸੁਨੇਹਾ ਦਿੱਤਾ ਵੀ ਸੇਵੀਆਂ ਲਿਆ ਠੀਕ ਹੈ ਉਹ ਤੇ ਬੜਾ ਹੁਣ ਪਿਆਰ ਕਰਦਾ ਵੀ ਆ ਉਦਾਂ ਮੈਂ ਉਹਨਾਂ ਨੂੰ ਕਹੂੰਗੀ ਵੀ ਤੁਸੀਂ ਇਦਾਂ ਨਾ ਕਰਿਆ ਕਰੋ ਠੀਕ ਵਾ ਜੀ ਜੀ ਮੈਂ ਕੰਮ ਕਰ ਲਾਂ ਮੈਂ ਆਉਂਦੀ ਹਾਂ ਕਰ ਲੈ ਕਰ ਲੈ ਤੁਹਾਨੂੰ ਵੀ ਕਰ ਲੈ
बहुत दिल खांदे आ भी सेवा करा मैं मम्मी मैं तुम एक गल कहनी है दस बीजी डैडी गल्ला करन डे हैगे ते मैं उनदी गल्ला सुननी ही पा दी ਉਹ ਕਹਿਣ ਡੇ ਸੀਗੇ ਬੀਜੀ ਕਹਿਣ ਡੇ ਸੀ ਵੀ ਮੇਰਾ ਜੀ ਕਰਦਾ ਰਹਿੰਦਾ ਕਿ ਮੈਂ ਤੁਹਾਡੇ ਨਾਲ ਲਾਗੇ ਬਹਿ ਕੇ ਤੇ ਗੱਲਾਂ ਬਾਤਾਂ ਕਰਾਂ ਤੇ ਤੁਸੀਂ ਲਾਗੇ ਬਹਿਣ ਨਹੀਂ ਦਿੰਦੇ ਆ ਕਿ ਡੈਡੀ ਨੂੰ ਨਾ ਸਾਨੂੰ ਕਿਸੇ ਨੂੰ ਬਹਿਣ ਦਿੰਦੇ ਆ ਸੱਚੀ ਤਾਂ ਬੀਜੀ ਕਹਿਣ ਡੇ ਹਾਂਜੀ ਉਹ ਕਹਿਣ ਡੇ ਸੀ ਕੀ ਪਤਾ ਮੇਰੇ ਕਿੰਨੇ ਦਿਨ ਹੋਏ ਤੇ ਕਿੰਨੇ ਨਹੀਂ ਆ ਤੇ ਉਹ ਤੁਸੀਂ ਉਹਨਾਂ ਦੀ ਸੇਵਾ ਹੀ ਨਹੀਂ ਕਰਦੇ ਹੈਗੇ ਪ੍ਰਭ ਮੇਰੇ ਕੋ ਤਾਂ ਬਹੁਤ ਵੱਡੀ ਗਲਤੀ ਹੋ ਗਈਆਂ ਵਾ ਹੈ ਬੀਜੀ ਇਦਾਂ ਸੋਚਦੇ ਆ ਸਾਡੇ ਬਾਰੇ ਤੇ ਅਸੀਂ ਵੇਖ ਕੀ ਕਰਦੇ ਰਹੇ ਆ ਬੀਜੀ ਇਹ ਗੱਲਾਂ ਚੱਲ ਰਹੀਆਂ ਬੀਜੀ ਦੀਆਂ ਬੀਜੀ ਕਿਤੇ ਕਹਿਣ ਡੇ ਵੀ ਮੇਰਾ ਬੜਾ ਜੀ ਕਰਦਾ ਵਾ ਮੈਂ ਇੰਨਾ ਕੁ ਪਤਾ ਨੀ ਮਹੀਨਾ ਵਾ ਕਿ ਦੋ ਮਹੀਨੇ ਆ ਕੇ ਦਸ ਦਿਨ ਵਾ ਹੈਂ ਤੇ ਇਹ ਮੇਰੇ ਲਾਗੇ ਨੀ ਬਹਿੰਦੇ ਖਲੋਂਦੇ ਤੇ ਸਿਮ ਉਹਨੂੰ ਬੀਜੀ ਨੂੰ ਇਹ ਵਿਆਹ ਵਾ ਵੀ ਕਿਤੇ ਸਿਮਰ ਡੱਕਦੀ ਆ ਮੈਂ ਤੇ ਆਵਾਜ਼ ਮਾਰ ਲੈਂਦੀ ਉਦਾਂ ਹੀ ਕੰਮ ਤੇ ਹਨਾ ਠੀਕ ਤੇ ਮੈਨੂੰ ਇਹ ਥੋੜੀ ਪਤਾ ਬੀਜੀ ਇਦਾਂ ਸੋਚਣ ਡੇ ਆ ਤੇ ਉਹ ਆਂਦੇ ਆ ਵੀ ਨੀ ਪਿਆਰ ਕਰਦਾ ਹੈਗਾ ਮੇਰੇ ਨਾਲ ਨਾ ਮੇਰੀ ਗੱਲਬਾਤ ਹੀ ਕੋਈ ਕਰਦਾ ਮੇਰੇ ਨਾਲ ਲਾਗੇ ਬਹਿ ਕੇ ਮਗਰ ਪਿੱਛੇ ਬੀਜੀ ਦੇ ਫਿਰ ਨਾ ਠੀਕ ਵਾ।